मोगा विखे रोड किसान संघर्ष कमेटी वालों सैकड़े किसानों नाल मोगा डिप्टी कमिश्नर के दफ्तर बाहर रोस प्रदर्शन किया गया। डिप्टी कमिश्नर और SSP के दफ्तर के गेट अगे किसानों ने ट्रैक्टर खड़े करके गेट बंद कर दिते। किसानों ने कहा कि हाईवे दे लई जो जमीन एक्वायर की जा रही है पर उसका मुल सही नहीं दिता जा रहा। जिक्र योग है कि जामनगर तो अमृतसर के लिए 1330 किलोमीटर का नवा हाईवे बनाया जा रहा है। ਭੋਗ ਤੇ ਆਏ ਸੀਗੇ ਉਸ ਟਾਈਮ ਤਾਂ ਸਾਰੇ ਬੋਲ ਕੇ ਗਏ ਸੀ ਕਿ ਜੌਬ ਦਾ ਹੀ ਬਹੁਤ ਜਲਦੀ ਕੰਮ ਹੋ ਜਾਏਗਾ। ਕਦੀ ਕਹਿੰਦੇ ਨੇ ਕਿ ਸਾਨੂੰ ਪਰੂਫ ਲਿਆ ਕੇ ਦਿਖਾਓ ਕਿ ਹਾਂ ਕਰੋਨਾ ਨਾਲ ਹੀ ਡੈਥ ਹੋਈ ਸੀ। ਅਸੀਂ ਝੂਠ ਥੋੜ੍ਹੀ ਬੋਲਾਂਗੇ ਕਿ ਕਰੋਨਾ ਨਾਲ ਨਹੀਂ ਹੋਈ ਸੀ। ਸਾਡੇ ਘਰ ਦੀ ਹਾਲਤ ਵੀ ਠੀਕ ਨਹੀਂ ਹੈ। ਸਾਡੇ ਘਰ 'ਚ ਸਿਰਫ ਮੇਰੇ ਹਸਬੈਂਡ ਹੀ ਸੀ ਜੋ ਜੌਬ ਕਰਦੇ ਸੀ। ਹੁਣ 8-9 ਮਹੀਨੇ ਹੋ ਗਏ ਨੇ, ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈ ਹੁਣ ਸਾਡੇ ਕੋਲ। ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਦਾ ਸਿਪਾਹੀ, ਮਾਂ ਬਾਪ, ਪਤਨੀ ਤੇ ਬੱਚਿਆਂ ਦਾ ਇੱਕ ਮਾਤਰ ਸਹਾਰਾ ਇਕਲੌਤਾ ਕਮਾਊ ਪੁੱਤ ਸੀ ਸ਼ਹੀਦ ਜਸਪਾਲ ਸਿੰਘ, ਜੋ ਕਿ ਆਪਣਾ ਫਰਜ਼ ਨਿਭਾਉਂਦਿਆਂ ਕੋਰੋਨਾ ਦੇ ਕਾਰਨ ਸ਼ਹੀਦ ਹੋ ਗਿਆ। ਕੀ ਅਜੇ ਵੀ ਇਹ ਪਰਿਵਾਰ ਤਰਸ ਦੇ ਆਧਾਰ ਤੇ ਨੌਕਰੀ ਦੇ ਲਾਇਕ ਨਹੀਂ? ਅਮੀਰ ਮੰਤਰੀਆਂ ਦੇ ਇਹ ਬੱਚੇ, ਮਹਿੰਗੀਆਂ ਗੱਡੀਆਂ ਤੇ ਕਰੋੜਾਂ ਦੀ ਸੰਪਤੀ ਦੇ ਮਾਲਕ, ਕੀ ਇਹ ਲੋਕ ਸੱਚਮੁੱਚ ਤਰਸ ਦੇ ਪਾਤਰ ਨੇ? ਪੰਜਾਬ ਮੰਗ ਦਾ ਜਵਾਬ। ਜਿਹੜੀ ਕਿ ਕਟੜਾ ਐਕਸਪ੍ਰੈਸ ਵੀ ਲੰਘਦੀ ਹੈ ਉਹਦੇ ਮੁਆਵਜ਼ੇ ਸੰਬੰਧੀ, ਮਤਲਬ ਸਾਡੇ ਵੀ ਆ ਸਰਪੰਚ ਜਸਵੰਤ ਸਿੰਘ ਪੰਡੋਰੀ, ਹੋਰ ਵੀ ਆ ਸੱਜਣ, ਇਹਨਾਂ ਦੀਆਂ ਜ਼ਮੀਨਾਂ ਆਈਆਂ। ਸਾਡੇ ਕਿਸਾਨਾਂ 'ਚ ਇੱਕ ਵੱਡਾ ਤੋਖਲਾ ਸੱਚਾਈ ਵੀ ਇਹ ਹੈ ਕਿ ਜਿਹੜਾ ਸਾਨੂੰ ਮੁਆਵਜ਼ਾ ਦਿੰਦੇ ਉਹ ਨਾ ਮਾਤਰ ਦਿੰਦੇ, ਜਦੋਂ ਕਿ ਇਸ ਤੋਂ ਪਹਿਲਾਂ ਜਿਹੜੀਆਂ ਰੋੜਾਂ ਨਿਕਲੀਆਂ ਜਾਂ ਹੁਣੇ ਤੁਸੀਂ ਆਪ ਜਿਹੜਾ ਘੱਲਾਂ ਦੇ ਕੋਲ ਆਪ ਹੋਈ ਹੈ, ਇਹਨਾਂ ਦੀ ਕੀਤੀ ਹੈ, 2 ਕਰੋੜ ਤੋਂ ਉੱਪਰ ਦਾ ਹੋਇਆ। ਅੱਜ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਨੂੰ 35-40 ਲੱਖ ਰੁਪਈਆ ਵੀ ਕਹਿਣ ਦੇਣ ਵਾਸਤੇ ਇਹ ਪਿੱਛੋਂ ਮਤਲਬ ਕਰਦੇ ਆ। ਜਣੇ ਜਿਹੜੀ ਇਹ ਕਮੇਟੀ ਹੈ ਜਾਂ ਜਿਹੜੀ ਅਸੀਂ ਭਾਰਤੀ ਕਿਸਾਨ ਨੁਕਾਦੀਆਂ ਜਾਂ ਸੰਯੁਕਤ ਕਿਸਾਨ ਮੋਰਚਾ, ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਅਸੀਂ ਇਹਨਾਂ ਨੂੰ ਵਿਸ਼ਵਾਸ ਵੀ ਦਵਾਇਆ ਕਿ ਜਿੰਨਾ ਚਿਰ ਤੁਹਾਨੂੰ ਪੂਰਨ ਇਹਦਾ ਮੁਆਵਜ਼ਾ ਨਹੀਂ ਮਿਲਦਾ ਉਨਾ ਚਿਰ ਇਹ ਸੜਕ ਨਹੀਂ ਨਿਕਲਣ ਦਿੱਤੀ ਜਾਵੇਗੀ। ਅਸੀਂ ਇਹਦੇ ਨਾਲ ਹੀ ਇੱਕ ਪੈਰਵਾਈ ਲੀਗਲ ਤੌਰ 'ਤੇ ਕਰ ਰਹੇ ਹਾਂ। ਸਰਦਾਰ ਚਰਨਪਾਲ ਸਿੰਘ ਬਾਗੜੀ ਸਾਡੇ ਵਕੀਲ ਹੈ, ਉਹ ਇਸ 'ਤੇ ਉਹ 1-2 ਉਹਨੇ ਕੇਸਿਸ ਸਟੇਅ ਵੀ ਕਰਵਾਏ ਹੈ। ਅਸੀਂ ਆਉਂਦੇ ਦਿਨਾਂ 'ਚ ਇਹ ਜਿਹੜੀ ਮੋਗੇ ਵਾਲੀ ਲੜਾਈ ਹੈ ਅਸੀਂ ਉੱਥੇ ਵੀ ਲੈ ਕੇ ਜਾ ਰਹੇ ਹਾਂ। ਪਰੰਤੂ ਪ੍ਰਸ਼ਾਸਨ ਨੂੰ ਚਾਹੀਦਾ ਕਿ ਮੰਗਿਆਈ ਦਿਨੋਂ ਦਿਨ ਵਧੀ ਹੈ। ਜੇ ਇਸ ਤੋਂ ਪਹਿਲਾਂ ਜ਼ਮੀਨਾਂ ਜ਼ਿਆਦਾ ਰੇਟ 'ਚ ਅਕਵਾਇਰ ਹੋਈਆਂ ਅਤੇ ਉਹ ਹੁਣ ਘਟਾ ਕੇ ਆਉਣ ਦਾ ਕੀ ਬਣਦਾ? ਇਹ ਇੱਕ ਜਾਣ ਬੁੱਝ ਕੇ ਪਿੱਛੇ ਇੱਕ ਇਹਨਾਂ ਦਾ ਪ੍ਰੋਗਰਾਮ ਹੁੰਦਾ ਕਿ ਜਿਹੜਾ ਕਲੈਕਟ ਰੇਟ ਹੈ ਪਹਿਲਾਂ 10 ਲੱਖ ਹੁੰਦਾ ਸੀ ਅਕਾਲੀ ਸਰਕਾਰ ਸਮੇਂ, ਉਹਨੂੰ ਘਟਾ ਕੇ ਫਿਰ 8 ਕਰਤਾ, ਫਿਰ 7 ਕਰਤਾ, ਹੁਣ 6 ਕਰਤਾ। ਉਹਦੇ ਪਿਛੋਕੜ ਅਸਲੀ ਇਹੀ ਹੈ ਵੀ ਕਿਸਾਨਾਂ ਨੇ ਕਿਹੜਾ ਜ਼ਮੀਨ ਤਾਂ ਜਾਂ ਕਿਸੇ ਵਪਾਰੀ ਨੇ ਲੈਣੀ ਹੁੰਦੀ ਹੈ, ਅਸੀਂ ਤਾਂ ਗਰੀਬ ਲੋਕ ਜਾਂ ਕੋਈ 4 ਕਰਾਲਾ ਜ਼ਮੀਨ ਵੇਚਣੀ ਹੁੰਦੀ ਹੈ। ਉਹਦਾ ਪਿਛੋਕੜ ਇਹ ਹੈ ਕਿ ਜ਼ਮੀਨਾਂ ਦੇ ਜਿਹੜੇ ਰੇਟ ਘਟਾ ਕੇ ਜਦੋਂ ਅਕਵਾਇਰ ਕਰਨੀ ਹੋਵੇ ਉਹਦੇ ਫਾਰਮੂਲੇ ਨਾਲ ਬਹੁਤੇ ਪੈਸੇ ਨਾ ਕਿਸਾਨ ਨੂੰ ਦੇਣੇ ਪੈਣ। ਇਸ ਕਰਕੇ ਅਸੀਂ ਆਨੇ ਵੀ ਜਿਹੜਾ ਪ੍ਰਚਲਿਤ ਮਾਰਕੀਟ ਰੇਟ ਹੈ ਉਸ ਤੋਂ ਉਹਦੇ ਮੈਥਡ ਦੇ ਨਾਲ ਕਮ ਸੇ ਕਮ 1 ਕਰੋੜ ਤੋਂ ਉੱਪਰ 1 ਕਿੱਲੇ ਦੀ ਜਿਹੜੀ ਉਹਦੀ ਹੈ ਮਤਲਬ ਦੇਣਾ ਚਾਹੀਦਾ। ਕਿਸਾਨ ਦਾ ਜਿਹੜਾ, ਤੁਸੀਂ ਮੇਰੀ ਗੱਲ ਸੁਣੋ, ਜਿਸ ਦੇ ਕਿਸਾਨ ਦੇ ਖੇਤ ਦੇ ਵਿੱਚ ਸੜਕ ਲੰਘੀ, ਕੁਛ ਜ਼ਮੀਨ ਉਹਦੇ ਟੁੱਟ ਗਈ, ਕੁਛ ਇਹਦੇ ਟੁੱਟ ਗਈ, ਉਹਦੇ ਪਾਣੀ ਦਾ ਇੰਤਜ਼ਾਮ ਨਹੀਂ, ਉਹਦੇ ਰਸਤੇ ਦਾ ਇੰਤਜ਼ਾਮ ਨਹੀਂ, ਉਹ ਜ਼ਮੀਨ ਕਿਸ ਕੰਮ ਰਹੇਗੀ? ਉਹ ਸਾਡੀ ਕਿਸੇ ਨੇ ਕੌਡੀਆਂ ਦੇ ਭਾਵ ਨਹੀਂ ਲੈਣੀ ਗੀ। ਇਸ ਕਰਕੇ ਸਮੁੱਚਾ ਜਿਹੜਾ ਕਿਸਾਨੀ ਵਰਗ ਨੂੰ ਉਹ ਪ੍ਰਭਾਵਿਤ ਹੋਊਗਾ, ਉਹਦੇ ਨਾਲ ਕੰਮ ਕਰਦਾ ਜਿਹੜਾ ਕੋਈ ਬੰਦਾ ਉਹ ਵੀ ਪ੍ਰਭਾਵਿਤ ਹੋਊਗਾ। ਸਾਰਿਆਂ ਨੂੰ ਧਿਆਨ 'ਚ ਰੱਖ ਕੇ ਉਹਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ ਅਤੇ ਜੇ ਇਹਨਾਂ ਨੇ ਸੜਕ ਬਣਾਉਣੀ ਹੈ ਜੀ ਸਦ ਕੇ ਬਣਾਉਣ, ਵਰਨਾ ਇਹ ਸੜਕ ਨਿਕਲ ਨਹੀਂ ਦਿੱਤੀ ਜਾਵੇ। ਕਿੰਨਾ ਮੁਆਵਜ਼ਾ ਮੰਗਦੇ ਹੋ ਜੀ? ਅਸੀਂ 1 ਕਰੋੜ ਰੁਪਇਆ ਘੱਟ ਤੋਂ ਘੱਟ ਜਿਹੜਾ ਇਹਦਾ ਮੁਆਵਜ਼ਾ ਮੰਗਦੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ।
ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।